ਜੇ ਕਲਾਕਾਰ ਕਹਿਣਾ ਕਲਾਕਾਰ ਕਲਾਕਾਰ ਤਾਂ ਨਹੀਂ ਚੱਲ ਹੋਣਾ ਅਜੇ ਦਵਾਰ ਮੀ ਮੈਨੂੰ ਲੱਗਦਾ ਖਰਾਬ ਕਰਨਗੇ ਹਨਾ ਕੰਮ ਤਾਹੀ ਕੁੰਡੇ ਲਾਤੇ ਆਪਾਂ ਨੇ ਟਰੈਕਟਰ ਨੂੰ ਵੀ ਹਾਂ ਟੋਚਣ ਵਾਲੀ ਤਾਂ ਕੋਈ ਪਰਵਾਹ ਹੀ ਨਹੀਂ ਜਿੱਥੇ ਦਿਖਿਆ ਵੀ ਹਾਂ ਫਸ ਗਈ ਟਰਾਲੀ ਜਦੀ ਪਾ ਲਿਆ ਕਰਨਾ ਪਹਿਲਾਂ ਹੀ ਕਿਵੇਂ ਕੱਢੀ ਇਹ ਤੇ ਕਿਹੜਾ ਬਹੁਤ ਜੁਨਾ ਟਕੜਾ ਹੁੰਦਾ ਨਾ ਸਾਈਡ ਤੇ ਖੜੇ ਜੁਰੂ ਐ ਟੇਡੇ ਵਿੰਗੇ ਵੇ ਜਿਵੇਂ ਇਹੀ ਕੱਢ ਰਿਹਾ ਆਪਣਾ ਕਰਚੇ ਵਾਲਾ ਰੀਪਰ ਆ ਜਾਣਾ ਸੋਨੀ ਭਾਈ ਥੋੜੇ ਦਿਨਾਂ ਤੱਕ ਕਰਚੇ ਦੇ ਪਹਿਲੇ ਅਸੀਂ ਵੱਢੂਗੇ ਤਾਂ ਹੀ ਕਰਚੇ ਵੱਢੂਗੇ ਆਹੋ ਨਵਾਂ ਪੂਲਰ ਲਿਆ ਬਣਾ ਕੇ ਕਿਸੇ ਨਵਾਂ ਪੂਲਰ ਬਣਾਇਆ ਹੁਣੇ ਡ੍ਰਿਲ ਦਾ ਲਾਹਾ ਪੂਰਾ ਲੰਨੇ ਹਨਾ ਚਾਚਾ ਜਿਹੜਾ ਫਾਇਦਾ ਦੇਖਾ ਉਹ ਕਿਹੜਾ ਪੂਲਰ ਕਹਿੰਦੇ ਪਲੇਟ ਪੂਲਰ ਹਨਾ ਪਲੇਟ ਪੂਲਰ ਦਾ ਦੂਆ ਹੋ ਜੀ ਵਾਲਾ ਪੂਲਰ ਬਣਾ ਲਿਆ ਜਿਗਾੜ ਵੀ ਡਾਊਨ ਲੈ ਬਸ ਦਿਖਾਇ ਨਹੀਂ ਵੀ ਆ ਵੀ ਹੋਰ ਨੰਬਰ ਬਣਾ ਲੂਗਾ ਹੁਣ ਮਾੜਾ ਮੋਟਾ ਕੋਈ ਨਾ ਆਏ ਨਹੀਂ ਨੇੜੇ ਆਏ ਨਹੀਂ ਵੀ ਰੈਂਚ ਦੇ ਦੂਗਾ ਤੂੰ ਇਹਨੂੰ ਵੀ ਹਾਂ ਇਹ ਸਾਨੂੰ ਲੁਧਿਆਣੇ ਮੇਲੇ 'ਚ ਜਿੱਥੇ ਇਨਵੀਟੇਸ਼ਨ ਆਇਆ ਵਾ ਤਾਂ ਇਨਵਾਈਟ ਕਰਿਆ ਵਾ ਤਾਂ ਉੱਥੋਂ ਲੁਧਿਆਣੇ ਮੇਲੇ 'ਚ ਮਹਿੰਦਰਾ ਵੱਲੋਂ ਹੋਰ ਵੀ ਗਿਫਟ ਤਾਂ ਆਏ ਆ ਜਣੀ ਆ ਕੈਪ ਵੀ ਦਿੱਤੀ ਆ ਇਹਨਾਂ ਨੇ ਸੋਨੀ ਠੀਕ ਆ ਐਨ ਓਕੇ ਗੱਲਬਾਤ ਪੂਰੀ ਸਸਿਕਾਲ ਬਾਈ ਜੀ ਸਾਰੇ ਵੀਰਾਂ ਨੂੰ ਰਗਟਾ ਵੱਡੀਆਂ ਨੇ ਜੀ ਸ਼ਾਫਟ ਦੀਆਂ ਫੀਡਰ ਵਾਲੀ ਸ਼ਾਫਟ ਦੀਆਂ ਕੰਬਾਈਨਾਂ ਨੂੰ ਰਿਪੇਅਰ ਲੱਗੇ ਹੋਏ ਆ ਕਰਨ ਪੂਰਾ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਮੀਂਹ ਦੀ ਤਿਆਰੀ ਹੋ ਗਈ ਫੇਰ ਅਸੀਂ ਚੱਲੇ ਤੇ ਹੁਣ ਸਪਰੇ ਕਰਨ ਵੀ ਚੱਲ ਕੰਬਾਈਨਾਂ ਤਾਂ ਰੋਕ ਦਈਏ ਸਪਰੇ ਵੀ ਜ਼ਰੂਰੀ ਹੈ 24 ਤੇ ਕਰਨੀ ਹੈ ਬਾਸਮਤੀ ਤੇ ਕਰਨੀ ਹੈ ਉਹਨਾਂ 'ਚ ਤਿਆਰੀ ਹੈ ਸਾਡੀ ਹੁਣ ਕਰਨ ਦੀ ਵੀ ਇਹਦੀ ਆਪਣੇ ਪੱਤਾ ਲਪੇਟ ਦੀ ਅਤੇ ਸੋਨੀ ਨੇ ਕੱਲ੍ਹ ਫੀਡਰ ਦਾ ਕਰਿਆ ਕੰਮ ਕੰਮ ਦੋ ਤਿੰਨ ਦਿਖਾਉਣੇ ਆਪਾਂ ਨੇ ਤੁਹਾਨੂੰ ਇੱਕ ਤਾਂ ਜਿਹੜਾ ਆਪਾਂ ਨੇ ਸ਼ਾਫਟ ਜਿਹੜੀ ਬਾਸਕਟ ਨਹੀਂ ਆਪਾਂ ਜੇ ਟਾਈਟ ਕਰਦੇ ਹੁੰਦੇ ਝੂਟਣੇ ਲੱਗ ਜਾਂਦੇ ਆ ਸੋਨੀ ਝੂਟਣੇ ਲੱਗ ਜਾਂਦਾ ਤਾਂ ਪਹਿਲਾਂ ਉਹ ਲੀਵਰ ਬਾਈ ਇਹਨਾਂ ਨੇ ਜੜ ਤੋਂ ਪੱਟਤਾ ਤਾ ਪੱਤੀਆਂ ਜਿਹੜਾ ਪਾਈਪ ਪਾਇਆ ਤਾਂ ਪਹਿਲਾਂ ਕੰਮ ਬੜਾ ਤਕੜਾ ਕਰਾ ਲਏ ਅਸੀਂ ਉਹਦਾ ਦੂਏ ਜਿਹੜੀਆਂ ਨਾਭਾਂ ਲੈ ਕੇ ਅਸੀਂ ਨੇ ਬਣਾ ਕੇ ਲਿਆ ਤੇ ਸੋਹਲੀ ਤੋਂ ਉਹ ਫਿੱਟ ਕਰਤੇ ਅੱਜ ਫਿੱਟ ਕਰਦੇ ਦਿਖਾਉਣੇ ਆ ਤੇ ਫੀਡਰ ਪੱਟਿਆ ਵਾ ਤੇ ਆਓ ਮਿਲਾਉਣੇ ਸੋਨੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਮੈਂ ਵਧੀਆ ਵੀਰ ਜੀ ਅੱਛਾ ਇਹ ਰਾਵਟਾ ਦੀ ਤੁਹਾਨੂੰ ਯਾਦ ਆ ਗਈ ਹਾਂ ਵੀਰੇ ਬਲਾਉਂਦੇ ਇਹ ਕਿਵੇਂ ਯਾਦ ਆਈ ਤੁਹਾਨੂੰ ਵੀ ਹਾਂ ਜੀ ਵੀ ਸਾਡਾ ਹੁਣ ਨੁਕਸਾਨ ਕਰ ਲਈਏ ਫੀਡਰ ਦਾ ਤਾਂ ਯਾਦ ਆਈਏ ਤੁਹਾਨੂੰ ਨਹੀਂ ਵੀਰੇ ਜਦੋਂ ਹੁਣ ਆ ਦੇਖਦੇ ਵੀ ਚੈਨ ਘਸ ਰਹੀ ਹੈ ਇਹਦੇ ਨਾਲ ਹਾਂ ਪੈਪ ਨਾਲ ਫਿਰ ਯਾਦ ਆ ਜਾਵੇ ਹੁਣ ਬਦਲਣੇ ਚਾਹੀਦੇ ਆ ਇਹ ਤਾਂ ਬਹੁਤ ਸਾਲਾਂ ਦੀਆਂ ਚੱਲ ਰਹੀਆਂ ਆਪਣੇ ਬਹੁਤ ਸਾਲਾਂ ਦੀਆਂ ਹੈਗੀਆਂ ਕਿਉਂਕਿ ਬਿਲਡਿੰਗ ਦਾ ਕੰਮ ਇਹ ਕਰਦਾ ਅਸੀਂ ਤਾਂ ਉਹੀ ਬਿਲਡਿੰਗ ਸੈੱਟ ਚੱਕੀ ਫਰੀ ਜਾਂਦੇ ਇਹਨੂੰ ਹੀ ਦੇ ਦੇਣਾ ਸਾਰਾ ਕੁਛ ਵੀ ਤੂੰ ਹੀ ਚਲਾ ਡਰਿਲ ਮਸ਼ੀਨ ਜਿੱਦਣ ਦੀ ਲਿਆਂਦੀ ਆਪਾਂ ਨੇ ਭਾਗਿਆ ਚ ਡਰਿਲ ਮਸ਼ੀਨ ਤੇ ਚਲਾਈਏ ਜਿੱਦਣ ਦੀ ਲਿਆਂਦੀ ਆ ਇੱਕ ਮੋਰੀ ਵੀ ਗੱਡੀ ਦਾ ਫੇਰ ਆਪਾਂ ਹਿੱਸਾ ਪੱਤੀ ਪਾ ਲੈਣੀ ਇਹਦੇ ਨਾਲ ਇਹਦਾ ਹੀ ਨਹੀਂ ਪੂਰਾ ਹੁੰਦਾ ਸੋ ਸੋਨੀ ਬਾਈ ਨੇ ਉਰੇ ਆ ਜਾ ਡਾਇਰੈਕਸ਼ਨ ਪਰ ਖੜ ਥੱਲੇ ਕਲਾ ਦੱਸ ਫਿਰ ਕਿਆ ਕਿਆ ਕਰਿਆ ਕੰਮ ਆ ਦੇਖੋ ਆਪਣੇ ਆ ਨਵੇਂ ਮਾਡਲ ਅੱਜ ਕੱਲ ਐਵੇਂ ਦੇ ਆਉਨੇ ਆ ਹਾਂਜੀ ਆਪਾਂ ਨੇ ਇਹ ਬਣਾਇਆ ਹੈ ਇਹ ਬਣਾਇਆ ਹੈ ਇਹ 35 ਦੇ ਬੋਰ ਦੇ ਨਾਭਾ ਲੈ ਕੇ ਜੀ ਤੇ ਆਪਾਂ ਨੇ ਪੱਤੀਆਂ ਲੈ ਕੇ ਬਣਵਾ ਕੇ ਡਬਲ ਬਣਵਾਤਾ ਮਤਲਬ ਡਬਲ ਪੱਤੀ ਹੋ ਗਈ ਇੱਕ ਪਾਸੇ ਲੋੜ ਨਹੀਂ ਹੈਗਾ ਹੁਣ ਇਹਦੇ ਜਣੀ ਹੁਣ ਇਹ ਤੂੰ ਚਾਹੇ ਝੂਟੀ ਜਾਈ ਲੀਵਰ ਪਰ ਹੁਣ ਨਹੀਂ ਟੁੱਟੂਗੀ ਇਹ ਜ਼ਿੰਦਗੀ ਦੀ ਲਾਈਫ ਇਹ ਬਾਈ ਪੈਪ ਆ ਵਿੱਚ ਪੈਪ ਆ ਸੀ ਪੈਪ ਨਿਗਰ ਪਾਤਾ ਜਿਹੜਾ ਪੁਰਾਣਾ ਪੈਪ ਸੋਨੀ ਕਿੱਥੇ ਪਿਆ ਪੁਰਾਣਾ ਉਹ ਪਿਆ ਪੁਰਾਣਾ ਪੈਪ ਆ ਪਿਆ ਜੀ ਇਹ ਅਸੀਂ ਕੱਢਤਾ ਹੁਣ ਪੈਪ ਆਪਾਂ ਨੇ ਕਿਵੇਂ ਕਿਹੜੀ ਕਲਾਸ ਵਾਲਾ ਸੀ ਕਲਾਸ ਸੀ ਕਲਾਸ ਇਹ ਏ ਕਲਾਸ ਫਿਰ ਸਸਤਾ ਹੁੰਦਾ ਕਿ ਮਹਿੰਗਾ ਹੁੰਦਾ ਹਲਕੇ ਆ ਜਾਂਦੇ ਜਿਕਣਾ ਆਪਣਾ ਜਿਵੇਂ ਏ ਵੀ ਛੋਟੀ ਬੜੀ ਆ ਪੈਪ ਵੀ ਇੱਕ ਨੰਬਰ ਮੋਟੇ ਪਤਲੇ ਵੀ ਏ ਨੰਬਰ ਛੋਟਾ ਸੀ ਕਲਾਸ ਨੂੰ ਮੋਟਾ ਪੈਪ ਆ ਗਿਆ ਇਹਦੇ ਚ ਆਪਾਂ ਨੇ ਗੁੱਲੇ ਠਕਾਏ ਹਾਂ ਇਹ ਆਪਾਂ ਨੇ 56 ਇੰਚ ਲਿਆ ਤਾਂ 56 4 ਕਿਲੋ 900 ਗ੍ਰਾਮ ਵਜਨ ਆ ਇਹਦੀਆਂ ਹੋਰ ਹੁਣ ਉਹ ਜਿਹੜੀਆਂ ਖਿੱਚਾਂ ਆ ਖਿੱਚਾਂ ਨਵੀਆਂ ਪਾਉਣੀਆਂ ਇਹ ਨਵੀਆਂ ਪਾਵਾਂਗੇ ਜਿਹੜੀਆਂ ਆਲੀਆਂ ਖਿੱਚਾਂ ਇਹ ਵੀ ਕਹਿੰਦਾ ਨਵੀਆਂ ਪਾਉਣੀਆਂ ਇਹ ਤਾਂ ਇਹਨਾਂ ਨੂੰ ਕੁਝ ਨਹੀਂ ਹੈਗਾ ਜਿਹਨਾਂ ਦੇ ਪੱਤੀਆਂ ਦੇ ਬੋਰ ਨੇ ਇਹ ਖੁੱਲੇ ਆ ਵੀ ਪਹਿਲਾਂ ਤਾਂ ਮੋਟਾ ਨਵੀਆਂ ਬਣਾਉਣ ਭੇਜਿਆ ਹਾਂ ਤੇ ਜੇ ਆਪਾਂ ਮੇਰੀ ਗੱਲ ਸੁਣਾ ਪੱਤੀ ਤੈਨੂੰ ਨਵੀਂ ਬਣਾਉਣ ਭੇਜਤਾ ਆਹਾ ਹਨਾ ਜੇ ਆਪਾਂ ਇਹਦੇ ਚ ਸਰਾਖ ਖੁੱਲਾ ਮਾਰ ਕੇ ਪਿੰਨੇ ਮੋਟੀ ਪਾ ਦਿੰਦੇ ਯਾਰ ਇਹ ਚ ਜ਼ਰੂਰੀ ਮਾਰ ਹੁਣ ਪਿੰਨਾ ਲੈ ਆਏ ਹੁਣ ਇਹ ਚ ਸਰਾਖ ਮਾਰੂੰਗਾ ਪੱਤੀਆਂ ਦਾ ਕੰਮ ਥੋੜਾ ਜਿਹਾ ਮਸਟਰਡ ਸਾਈਜ਼ ਬਣਵਾਇਆ ਵਾ ਠੀਕ ਹੈ ਵੀ ਹੁਣ ਮਤਲਬ ਆ ਪੱਤੀਆਂ ਦਾ ਦੇਸੀ ਕੰਮ ਪੱਤੀਆਂ ਦਾ ਕਾਲੂ ਜੇ ਮੰਨ ਕੇ ਨਾੜ ਵੀ ਖਰਾਬ ਹੁੰਦਾ ਫਿਰ ਹੀ ਬਦਲਣੇ ਪੈ ਸਕਦੇ ਆਪਾਂ ਨੂੰ ਇਹ ਹਾਂ ਠੀਕ ਹੈ ਸਾਰਾ ਜਗਾੜ ਫੇਰ ਦੁਬਾਰਾ ਨਾ ਮਲਾ ਜਾਂਦਾ ਹੁਣ ਆ ਆਪਾਂ ਇੱਕ ਸਟੈਂਡਰਡ ਸਾਈਜ਼ ਮਿਲ ਕੇ ਕਰਕੇ ਲਿਆਏ ਕੰਮ ਇਹ ਥੋੜੀ ਆਪਾਂ ਨੇ ਖੁੱਲਾ ਕਰਾਉਣਾ ਹੋਰ ਮਸ਼ੀਨ ਚ ਕੀ ਕਰਿਆ ਫੀਡਰ ਦਾ ਕੰਮ ਕਰਿਆ ਕੁਛ ਫੀਡਰ ਚ ਔਲਾ ਇੱਕ ਥੇਗੜਾ ਜਾ ਹਾਂ ਅੱਜ ਤੁਹਾਨੂੰ ਆਪਾਂ ਫੀਡਰ ਦਿਖਾਉਣੇ ਆ ਜੀ ਸੋਨੀ ਨੇ ਕਰਿਆ ਕੰਮ ਬਈ ਬੜਾ ਸ਼ਲਾਘਾ ਜੋ ਕੰਮ ਹੈ ਇਹਦਾ
साफ सुथरा जिवें बिल्डिंग की गल करी उहदी आपां ने बड़े बड़े शैड पाउंदा रहिंदा इह तां अज्ज इहने सोनी ने करिया सोनी की सिस्टम करिया तां फीडर दे विच उहना मुद्दा पाया फीडर आपां ने है ना एक कमेंट दा फीडर आ पिया खराब हो गया था किवें हो गया था खराब खुली चादर सोनी किन्ने गेज दी चाहिदी है फीटर नूं वैसे तां मोटी चाहिदी है घट ते घट 10 गेज दा चाहिदा है हैवी ओ पर भारी नहीं ज्यादा हो जाऊगा जे 10 गेज दी लवाई थोड़े मलक साई बहुत हुंदी है ना ठीक नहीं उरी नूं माल चाइना ने माल लेके जाना खिंच के मलके माल नाल अटैच होके आया सारी मिहनती करनी फ्रंट तो लेके सारा मतलब इंची टेप मार के पूरा गुणिए काम करी पूरा काम गुणिए मशीन थ्रेसर दस हेलो ਉਰੇ ਆ ਇਹਦਾ ਕੀ ਕਰੇਟਾ ਆਪਾਂ ਨੇ ਸਪਾਈਕਾਂ ਦਾ ਕਿੰਨੇ ਕੁ ਪਰ ਕਰੀਏ ਬਾਸਕਟ ਬਨ ਢਿੱਲ ਕਿੰਨੇ ਕੁ ਪਰ ਆ ਉਹ ਚਾਚੇ ਦੱਸਾਂਗੇ ਚਾਚਾ ਜੀ ਕਹਿੰਦੇ ਪਰ ਬੋਲਾਂ ਤੇ ਆ ਬੈੱਡ ਪਿੱਛੇ ਜੇ ਉੱਚੇ ਚੱਕੇ ਤੇ ਥੋੜੇ ਥੋੜੇ ਜੇ ਖਾਲੀ ਨਹੀਂ ਤੇ ਹੁੰਦੇ ਪੈਸੇ ਇਹਦਾ ਨਹੀਂ ਉਹ ਦੂਜੀ ਮਸ਼ੀਨ ਦਾ ਚੱਕਿਆ ਤਾਂ ਇਹਦਾ ਤਾਂ ਠੀਕ ਹੈ ਹਾਂਜੀ ਆ ਤਿਆਰ ਹੈ ਵੀਰ ਜੀ ਤਿਆਰ ਹੈ ਵੱਢਣ ਨੂੰ ਤਿਆਰ ਹੈ ਹਾਂਜੀ ਤਿਆਰ ਇਹਦਾ ਫਿਰ ਅੱਜ ਫੀਡਰ ਪਾਉਂਗੇ ਆਪਾਂ ਫੀਡਰ ਪਾਉਣ ਦਾ ਮੈਂ ਸਪਰੇਨ ਕੋਈ ਇਹਨਾਂ ਵਾਲੇ ਕਹਿੰਦੇ ਕਰਾ ਕੇ ਆਉਣੀ ਆ ਵੀ ਅੱਜ ਸਪਰੇ ਦਾ ਵੀ ਇਹਨਾਂ ਪ੍ਰੋਗਰਾਮ ਬਣਾਈ ਬੈਠੇ ਚਲੋ ਪਸਾ ਦਨੇ ਚੱਕ ਕੇ ਉਹਦਾ ਬਸ ਸ਼ਾਫਟ ਪਾਉਣੇ ਰੱਟਾ ਵਾਲੇ ਨਹੀਂ ਫਿਰ ਆ ਸ਼ਾਫਟ ਜਿਹੜੀ ਰੱਟਾ ਵੱਢ ਕੇ ਹਟੇ ਆ ਉਹ ਵੀ ਤਾਂ ਪਾਉਣੀ ਹਲੇ ਤੇ ਆ ਇਹ ਕਿੰਨੇ ਕੁ ਪਰ ਸੈਟਿੰਗ ਕੀ ਹਿਸਾਬ ਕਿਤਾਬ ਕਰਿਆ ਇਹਦਾ ਇਹ 13 17 ਪਰ ਕਰਤੀ ਜੀ 13 ਤੇ 17 ਪਰ ਹਾਂਜੀ ਅੱਗੇ 17 ਪਿੱਛੇ 13 ਮੈਨੂੰ ਇੱਕ ਗੱਲ ਦੱਸ ਹਾਂਜੀ ਜੀ ਪੁੱਛੋ ਮੇਰੇ ਹੀ ਤਜਰਬਾ ਹੈ ਨਾ ਮੈਂ ਕਿਸੇ ਪਰ ਤਾਂ ਕਰਨੀ ਨਹੀਂ ਗੱਲ ਮੈਂ ਕਈਆਂ ਦੇ ਦੇਖਿਆ ਕਿਰਪੈਨ ਦੇ ਉਹ ਮੂਹਰੇ ਤੋਂ ਯਾਰ ਤੰਗ ਰੱਖਦੇ ਆ ਬਾਸਕਟ ਨੂੰ ਪਿੱਛੋਂ ਖੁੱਲੀ ਇਹਦਾ ਕੀ ਕਾਰਨ ਹੈ ਵੀ ਸਮਝ ਨਹੀਂ ਲੱਗਦੀ ਬੰਦੇ ਬਾਹਰ ਵੀ ਜਾ ਜਾ ਕੇ ਆਉਂਦੇ ਆ ਉਹ ਐਦਾਂ ਕਰਾਉਂਦੇ ਕੱਪਾ ਹੀ ਪੁੱਠੀ ਬੰਨੀ ਜਾਂਦੇ ਆ ਇਹ ਹਰਕਤ ਹੀ ਆਪਣੀ ਆਪਣੀ ਸੋਚ ਹੈ ਜਿੱਕੜਾ ਆਪਣਾ ਆਪਣਾ ਯਾਰ ਫਰੰਟ ਤੋਂ ਜੇ ਤਾਂ ਇੰਨੀ ਤੰਗ ਕਰਤੀ ਬਾਸਕਟ ਆ ਵੱਧ ਜਾਣਾ ਹਾਂ ਉਹ ਜੇ ਉਰੇ ਨਿਕਲ ਜਾ ਸਪੇਸ ਹੋਊਗੀ ਤਾਂ ਹੀ ਵਿੱਚ ਮਾਲ ਵੜੂਗਾ ਤੇ ਪਿੱਛੇ ਨੂੰ ਥੋੜਾ ਥੋੜਾ ਨਿਕਲਣਾ ਮਲਾਈ ਮਲਾਈ ਐਂ ਤੋੜ ਤੋੜ ਕੱਟਣਾ ਹੈ ਪੂਰੇ ਤੰਗ ਕਰਤੇ ਪਿੱਛੇ ਖੁੱਲਾ ਕਰਦਾ ਮਾਲ ਮੁੜ ਕੇ ਲੈਣਾ अपनी पूरी टाइट बास्केट है दिखाई तो मर्जा किन्ना कु बेल स्पीकर सो इन्ना कु बेल है जी सारा स्पीकर ना सो नहीं आ दूरी भी मैटर करदी है जिवें आ दूरी ते आ दूरी भी मैटर करदी है इसी चीज ते बल्ला होर ले जाऊं अच्छा हां जेड़ी आ दूर है इने इधर है ए नेड़े आ जाना है ना चल देख लांगे पैसे चल चार बेल्टां दी ग्रिप करके सुनी फ्लैट भी इन्नी साल ला जांदा भाई फ्लैट दा घट लाउंदा फ्लैट भी काफी टाइम ला जांदा है ना ये हैगी अपनी 6 स्टाफ वर्कर वाली मशीन ओ हैगी अपनी 7 स्टाफ वर्कर वाली मशीन
54 ਇੰਚੀਆਂ ਦੋਨਾਂ ਦੀ ਬੈੱਡ ਸਾਈਜ਼ ਸੇਮ ਹੈ, ਕਿਸ਼ਤੀਆਂ ਸੇਮ ਹੈ, ਥਰੈਸਰ ਸੇਮ ਹੈ, ਫਿਟਰ ਸੇਮ ਹੈ, ਕਟਰਵਾਰ ਇੱਧਰ ਉੱਧਰ ਜਿਵੇਂ ਮਰਜ਼ੀ ਅਸੀਂ ਪਾ ਲੈਂਦੇ ਹਾਂ, ਉਹ ਕੋਈ ਸਾਨੂੰ ਸਮੱਸਿਆ ਨਹੀਂ ਛਿੜਦੀ। ਇੱਕ 'ਚ ਹੈਵਰ ਲੱਗਿਆ ਵਾ, ਇੱਕ 'ਚ ਮੋਟਰ ਲੱਗੀ ਹੋਈ ਹੈ, ਉਹ ਵੀ ਆਪਾਂ ਨੇ ਅਗਲੇ ਸਾਲ ਦੇਖਦੇ ਹਾਂ ਮੋਟਰ ਚੇਂਜ ਕਰਾਵਾਂਗੇ। ਜਿਹੜੀ ਬਰਨਾਲੇ ਵਾਲਿਆਂ ਦੀ ਖਾਸ ਇੱਕ ਸੁੱਤੀ ਜੀ ਹੈ, ਉਹ ਆਪਾਂ ਨੇ ਪ੍ਰੀਤ ਵਾਲੀ ਲਾ ਦੇਣੀ ਹੈ। ਪਤਾ ਕਰਿਆ ਮੈਂ ਸਾਰਾ ਕੁਛ, ਕੋਈ ਨਹੀਂ ਹੌਲੀ ਹੌਲੀ ਚੱਕ ਦੇਣਾ ਫੱਟੇ ਆਪਾਂ ਨੇ। ਅਤੇ ਸੋਨੀ ਬਾਈ ਜੀ ਦੀ ਆਰਮ ਵਾਲੀ ਸੀਟ ਆਰਮ ਖੋਲ ਦਿੱਤੀ ਗਈ ਹੈ ਇਸ ਵਾਰ, ਤੰਗ ਕਰ ਦਿੱਤੀ। ਅਤੇ ਬੂਫਰ ਵੀ ਤੁਸੀਂ ਮਿਸ ਕਰ ਰਹੇ ਹੋਗੇ, ਬੂਫਰ ਵੀ ਖੋਲ ਦਿੱਤਾ ਸੀ, ਜਿਹੜੀ ਇਹ ਸੋਨੀ ਜੇ ਰਵਟਾ ਨਹੀਂ ਤੇ ਪਾਉਂਦੇ ਆਪਾਂ ਇਹ ਗੱਭੇ ਵਾਲੀਆਂ, ਤਾਂ ਇਹ ਚੈਨ ਨੂੰ ਘਸਾਉਂਦੀ ਸੀ। ਹਾਂਜੀ ਵੀਰ ਜੀ, ਚੈਨ ਨੂੰ ਘਸਾਉਂਦੀ, ਚੈਨ ਨੂੰ ਕਿਵੇਂ ਘਸਾਉਂਦੀ ਸੀ? ਘੁੰਮਦੀ ਤਾਂ ਇਹਦੇ ਉੱਪਰ ਹੈ ਉਹਦੀ, ਉਹ ਪਿੱਛੇ ਪੈ ਪਿੱਛੇ ਨੂੰ ਦਿਖਾਉਣਾ ਜੀ, ਜਿਹੜਾ ਉਹ ਗਬਲਾ ਪੈ ਪੁੱਛ ਇਹਨੂੰ ਵਾਢੇ ਪਾਉਂਦਾ। ਕੂਲਰ ਲਿਆ ਬਣਾ ਕੇ, ਇੱਕ ਨਵਾਂ ਕੂਲਰ ਬਣਾਇਆ ਹੁਣੇ ਹੁਣੇ, ਡਰਿੱਲ ਦਾ ਲਾਹਾ ਪੂਰਾ ਲੈਣੇ ਆ ਹਨਾ ਚਾਚਾ। ਬੰਦਾ ਰੌਣਕ ਆ ਪੂਰਾ, ਇਹੀ ਗੱਲ ਨੀ, ਐ ਤਾਂ ਫਸਿਆ ਵੱਲ ਉਠਾਉਂਦਾ ਇਹ। ਸ਼ਾਫਟ ਘੁੰਮੀ ਜਾ ਰਹੀ ਹੈ ਵਿੱਚ, ਰੁਕ ਗਈ ਰੁਕ ਗਈ ਰੁਕ ਗਈ। ਲਓ ਜੀ, ਜਾਲ ਫਿੱਟ ਕਰਤਾ ਇਸ ਵਾਰ ਸੋਨੀ ਨੇ, ਨਵਾਂ ਜਾਲ ਬਣਾਇਆ, ਜਾਣੀ ਕੰਮ ਥੋੜੇ ਥੋੜੇ ਇਹਦੇ ਹੀ ਹਾਈਲਾਈਟ ਜੇ ਦਿਖਾਉਣੇ ਹੁੰਦੇ ਹੁਣ ਆਇਆ ਵੀ ਲੰਬੜਦਾਰ ਵੀ ਇਹੀ ਇੱਥੇ, ਤੇ ਲੰਬੜਦਾਰ ਕੇ ਤੇ ਖੁਸ਼ ਹੋ ਜਾਂਦਾ, ਹੌਲੀ ਬਹੁਤ ਸੁਣਨਾ ਲਵੇ ਉਹ ਖੁਸ਼ ਹੋ ਜਾਂਦਾ ਲੰਬੜਦਾਰ ਬਈ। ਦੇਖ ਸਾਡਾ ਕੈੜਾ ਸਭ ਤੋਂ ਛੋਟੀ, ਸਭ ਤੋਂ ਇਲਤੀ ਵੀ ਵੱਧ ਤੂੰ ਹੀ ਹੈ ਲੰਬੜਦਾਰ ਦਾ ਚਾਚਾ, ਕੰਮ ਹੁੰਦਾ ਸਾਰਿਆਂ ਤੋਂ ਇਲਤੀ, ਇਲਤੀ ਨੀ ਸਵੇਰੇ ਨਹੀਂ ਨਹੀਂ ਇਹ ਲੰਬੜਦਾਰ ਦਾ ਫਿਰ ਵੀ ਠੀਕ ਹੈ, ਇਹ ਉਹ ਵਾਲਾ ਲੰਬੜਦਾਰ ਨੀ। ਉਹ ਇੱਕ ਵਾਰੀ ਗਿੱਦੜ ਨੂੰ ਵੀ ਲੰਬੜਦਾਰੀ ਮਿਲੀ ਸੀ, ਹੈ ਇੱਕ ਵਾਰੀ ਗਿੱਦੜ ਨੂੰ ਵੀ ਤਾਂ ਲੰਬੜਦਾਰੀ ਮਿਲੀ ਸੀ। ਬਸ ਕਰ ਹੁਣ ਮੁੜ ਕੇ ਕਿਤੇ ਸਾਬਣ ਧੋਣਾ ਪਵੇ ਸੋਨੀ, ਇੱਕ ਵਾਰੀ ਤੈਨੂੰ ਵੀ ਕਮਾਂਡ ਮਿਲੀ ਸੀ, ਉਹ ਮੈਨੂੰ ਤਾਂ ਮਿਲੀ ਸੀ, ਮੈਂ ਤਾਂ ਫਿਰ ਨਿਭਾਤੀ ਸੀ ਇੱਕ ਦਿਨ ਵਾਸਤੇ ਮਿਲੀ ਸੀ, ਇੱਕ ਦਿਨ ਵਾਸਤੇ ਮਿਲੀ ਸੀ, ਬੌਂਦਲ ਗਿਆ ਤਾਂ ਇੰਨੇ ਚ ਵੀ ਮੈਂ ਕਿਹੜੀ ਮਸ਼ੀਨ ਭੁੱਲ ਜਾਵਾਂ, ਕਿਹੜੀ ਪਰ ਨਾ ਜਾਵਾਂ, ਆਇਆ ਦੱਸ ਦੇ ਵੀ ਤੂੜ ਕਿੱਥੇ ਤੱਕ ਪਹੁੰਚ ਗਏ ਤੇ ਉਹ ਗੱਲ ਤੂੜ ਤਾਂ ਹੁਣ ਪਹੁੰਚ ਗਈ, ਲਾਣੇਦਾਰੀ ਉਹ ਦਿੱਤੀ ਸੀ ਪੜ ਗਏ ਤੇ ਆ ਹਲਦਾ ਲਾਣੇਦਾਰੀ ਉਹ ਮਿਲੀ ਸੀ। ਇਹ ਜਾਲ ਨਵੇਂ ਬਣਾਏ ਆ, ਸੋਨੀ ਬਾਈ ਕਹਿੰਦਾ ਵੀ ਮੈਨੂੰ ਪੱਤੀ ਲਿਆ ਦੋ ਸਰੀਏ ਲਿਆ ਦੋ, ਸਮਾਨ ਇਹਨੂੰ ਲਿਆ ਕੇ ਦਿੱਤਾ ਸੀ ਨੇ, ਤੇ ਇਹਨੇ ਘਰੇ ਜਾਲ ਬਣਾਤਾ। ਦੇਖ ਹੈ ਫਾਇਦਾ ਦਾ ਚਾਹ ਆਇਆ ਕਲਾਕਾਰ ਦਾ ਨੀ ਚੱਲ ਹੋਣਾ ਅਜੇ ਅਜੇ ਆ ਕੇ ਰੱਸਾ ਪਾ ਕੇ ਖਿੱਚਿਆ ਤਾ ਸਪੈਡਰਮੈਨ ਨਾਲ ਜਾਲਾ ਪਾਇਆ ਹੋਣਾ ਇਹਨੇ, ਇਹ ਸਾਰੀ ਦਿਹਾੜੀ ਆਹੀ ਚਲੋ ਚਾਲ ਇਹਦੀ ਆਹੀ ਦੀ ਲੰਬੜਦਾਰੀ ਮੁੱਕਦੀ ਸਮਝ ਨੀ ਲੱਗਦੀ ਕਿਆ ਕਰੀਏ। ਟਾਇਰ ਖਿੱਚਦਾ ਤੈਨੂੰ ਕੱਲ ਨੂੰ ਦਿਖਾਊਂਗਾ ਵੀਡੀਓ ਦੇ ਵਿੱਚ, ਦੇਖੀ ਤੂੰ ਕੱਲ ਨੂੰ, ਨਾ ਨਾ ਹੁਣ ਨੀ ਤੈਨੂੰ ਦੱਸਣਾ ਤੈਨੂੰ, ਅਸੀਂ ਨਾ ਜਿਵੇਂ ਤੈਨੂੰ ਚਾਬੀ ਪਾਨੀ ਫੜਾਏ ਕਰਨੀ ਕੋਈ ਫੜਾਏ ਕਰੂੰਗਾ ਦੂਰ ਤੇ, ਆਏ ਜਿਵੇਂ ਤਾਂ ਟਾਇਰ ਖਿੱਚਿਆ ਆਇਓ ਖਿੱਚਿਆ ਕਰੀ ਆਰਾਮ ਦੇ ਨਾਲ, ਠੀਕ ਹੈ ਵੀ ਹਾਂ ਖਬਰ ਆਏ ਕਰਦੀ ਪਾ ਦੀ ਯਾਰ, ਇਹ ਤਾਂ ਪਿੰਡ ਫੂਕ ਦੇਵੇ ਬਾਸਮਤੀ ਵੱਢਣੀ ਪਊਗੀ, ਸਪੈਕਾਂ ਖੋਲਾਂਗੇ ਫਿਰ ਆਪਾਂ ਵਿੱਚ ਵਾਲੀਆਂ, ਇਸ ਵਾਰ ਬਾਸਮਤੀ ਵੀ ਵੱਢਣੀ ਆਪਾਂ ਨੇ ਖਾਸੀ, ਅੱਛਾ ਆਪਣਾ ਖਰਚੇ ਵਾਲਾ ਰੀਪਰ ਆ ਜਾਣਾ ਸੋਨੀ ਬਾਈ ਥੋੜੇ ਦਿਨਾਂ ਤੱਕ, ਕਰਚੇ ਦੇ ਪਹਿਲੇ ਜੇ ਅਸੀਂ ਵੱਢੂਗੇ ਤਾਂ ਹੀ ਕਰਚੇ ਵੱਢੂਗੇ, ਆਹੋ ਇਕੱਠੇ ਹੀ ਲੈ ਕੇ ਜਾਇਆ ਕਰਨੇ ਆ ਵੀ ਜਿਹੜਾ ਫਸ ਗਿਆ ਇੱਕ ਦੂਜੇ ਨੂੰ ਕੱਢ ਦੋ ਬਾਈ।
महिंद्रा दाजी महिंद्रा ने भेजा महिंद्रा वालों आए ने गिफ्ट जी दिखायो मन जी कैप दिखायो अच्छा लुधियाने मेले च जिथे इनविटेशन आया इनवाइट कर लुधियाने मेले च महिंद्रा वालों होर भी गिफ्ट आए जन यार कैप भी दिती है इन्होंने रंगा रंग कैप ए दवाई आ गई जी हुण स्प्रे करांगे कलू अज तां वैसे ਜਦੀ ਪੂਲਰ ਬਣਾ ਦਿੰਦਾ ਜੀ ਹੁਣ ਤਾਂ ਇਹਦਾ ਗੇੜਾ ਨਹੀਂ ਪੈਣ ਦਿੰਦਾ ਇਹ ਹੁਣ ਐ ਕਰੂਗਾ ਤਾਂ ਲੱਗਦਾ ਮੌਸਮ ਜਿਹਾ ਖਰਾਬ ਆ ਅੱਜ ਤਾਂ ਮੀਂਹ ਵਾਲਾ ਮੌਸਮ ਹੈ ਬੋਲੀ ਠੀਕ ਆ ਐਨ ਓਕੇ ਗੱਲਬਾਤ ਪੂਰੀ ਉਹ ਵੀ ਟੀ-ਸ਼ਰਟ ਵੀ ਲਾ ਲਿਆ ਮੈਨੂੰ ਲੱਗਦਾ ਹਾਏ ਮਹਿੰਦਰੇ ਪਤਾ ਨਹੀਂ ਸ਼ਾਇਦ ਮਹਿੰਦਰੇ ਦੀ ਥੋੜੀ ਚੁਬਣੇ ਜਿਹੇ ਵਾਲਾ ਕੱਪੜਾ ਉਹ ਹਨਾ ਗਰਮੀ ਜ਼ਿਆਦਾ ਲੱਗਦੀ ਹੈ ਚਲ ਆ ਤਾਂ ਟੋਪੀ ਵੈਸੇ ਆਪਾਂ ਨੂੰ ਦਿੱਤੀਆਂ ਪਿਆਰ ਤੇ ਦਿੱਤੀਆਂ ਉਹਨਾਂ ਨੇ ਟ੍ਰੈਲਰ ਕੀ ਹੈ ਦਿਖਾਈ ਮਹਿੰਦਰਾ ਦੀ ਇੱਧਰ ਨੂੰ ਮਹਿੰਦਰਾ ਟੈਕ ਟੈਕਨੋਲੋਜੀ ਸੇ ਤਰੱਕੀ ਨਹੀਂ ਕੋਈ ਨਾ ਉਹ ਉਧਰੋਂ ਜਜ਼ਬਾਤੀ ਹੋਇਆ ਪਿਆ ਕਹਿੰਦਾ ਟੋਪੀ ਭਾਵੇਂ ਸੋਨੇ ਦੀ ਲੈ ਲਾ ਪਰ ਪੱਗ ਦਾ ਮੁਕਾਬਲਾ ਨਹੀਂ ਗੱਲ ਇਹ ਵੀ ਸੋਨੀ ਦੀ ਸਿਆਣੀ ਹੈ ਤੇ ਵੀਰੋ ਨਹੀਂ ਆਇਆ ਜੀ ਅਨੰਦਪੁਰ ਕੇਸ਼ੋ ਪਟਿਆਲਾ ਜ਼ਿਲ੍ਹੇ ਪੈ ਜਾਂਦਾ ਤੁਹਾਡਾ ਹਾਂਜੀ ਤੇ ਜਵਾਨ ਆਇਆ ਨਾਲ ਦੋ ਮਿਲਣ ਕੀ ਨਾਮ ਹੈ ਤੇ ਛੋਕਰਾਂ ਨੂੰ ਹੁਣ ਚਾਹ ਪਾਣੀ ਪਿਲਾਇਆ ਆਪਾਂ ਨੇ ਤੇ ਵੀਰੋ ਨਹੀਂ ਆਏ ਨੇ ਨਾਲ ਇਹਨਾਂ ਨੇ ਚੱਲੇ ਸੀ ਅੱਜ ਰਿਸ਼ਤੇਦਾਰੀ ਨੂੰ ਜਾਂਦੇ ਜਾਂਦੇ ਆਪਣੇ ਕੋਲ ਰੁਕ ਕੇ ਚੱਲੇ ਆ ਤੇ ਬੜਾ ਵਧੀਆ ਲੱਗਿਆ ਵੀਰੋ ਨਹੀਂ ਆਏ ਆ ਚਲੋ ਗੱਲਾਂ ਬਾਤਾਂ ਹੋ ਜਾਣੀਆਂ ਹਲੇ ਥੋੜਾ ਜਿਹਾ ਗਾਹ ਜਿਹਾ ਪਿਆ ਹੋਇਆ ਜ਼ਿਆਦਾ ਅਸੀਂ ਅੱਜ ਤੇ ਇਹੀ ਗੱਲ ਦੀ ਵੀ ਹਾਂਜੀ ਹਲੇ ਥੋੜਾ ਜਿਹਾ ਰਿਪੇਅਰ ਨੂੰ ਲੱਗੇ ਹੋਏ ਆ ਵੀ ਤਾਂ ਕਰਕੇ ਥੋੜਾ ਜਿਹਾ ਜ਼ਿਆਦਾ ਖੰਡਾਰਾ ਪਿਆ ਹੋਇਆ ਬਾਕੀ ਹੋਰ ਸੇਵਾ ਪਾਣੀ ਜੀ ਅੱਜ ਕਰੋ ਤੇ ਜਾਂਦੇ ਮਾਰ ਜੇ ਕਰੋ ਆਦਾ ਬੰਦੇ ਫਿਰ ਅਸੀਂ ਹੁਣ ਇੱਥੇ ਰੱਖ ਲੈਣੇ ਠੀਕ ਸਾਨੂੰ ਲੋੜ ਹੈ ਕੰਮ ਦੀ ਕੁੱਤੇ ਦੇ ਡਰ ਕਰਦਾ ਹੈ ਯੋਗੀ ਸ਼ਰਮਾ ਆ ਜਾ ਆਪਾਂ ਉਧਰ ਚੱਲਦੇ ਫਿਰ ਇੱਧਰ ਕੁੱਤੇ ਕਰਕੇ ਨਹੀਂ ਬਹਿਣਾ ਨਹੀਂ ਤਾਂ ਠੀਕ ਹੈ ਤਾਂ ਕਰਤੀ ਹੈ ਚੱਲ ਬਾਬੂ ਠੀਕ ਹੈ ਚੱਲ ਫੜਨ ਜੀ ਜਿਹੜਾ ਸੋਨੀ ਬਾਈ ਛੋਟਾ ਆਉਂਦਾ ਗਲੈਂਡਰ ਇਹਦੇ ਨਾਲ ਦਾ ਉਹ ਤਾਂ 2,000-2500 ਦਾ ਹੀ ਹੈ ਕਿ 3,000 ਦਾ ਉਹ ਜਿਹਾ ਜਾ ਉੱਥੇ ਤੇ ਕੱਲ ਆਪਾਂ ਦੇਖ ਉਹ ਪਾਈਪ ਲੈ ਤੇ ਵੱਢ ਕੇ ਜਿਹਨਾਂ ਕੋਲੋਂ ਸਲੰਤ ਤੋਂ ਇਹਦੇ ਨਾਲ ਉਹ ਛੋਟਾ ਯਾਰ ਨਹੀਂ ਕੱਟੀ ਤਾਂ ਲੋਹਾ ਵੀ ਵਧੀਆ ਜਾਂਦਾ ਪਰ ਆਹ ਚੀਜ਼ ਠੀਕ ਹੈ ਹੈ ਨਾ ਸਸਤਾ ਮਿਲੂਗਾ ਉਹ ਆਹ ਮਹਿੰਗਾ ਹੋਊਗਾ ਖਾਸਾ ਇਹ ਮਾਨਕਪੁਰ ਖੇੜੇ ਸਸਤੇ ਇਹ ਕਿੰਨਾ 10,000 ਪਲੱਸ ਹੈ ਕਿ ਘੱਟ ਹੈ ਨਹੀਂ 7,000-8,000 ਦਾ ਹੈਗਾ ਇਹ ਦੂਆ ਬਲੇਡ ਤਾਂ ਵੀ ਨਹੀਂ ਤੋੜਦਾ ਇਹਨਾਂ ਹਲੇ ਦੂਈ ਡਰਿਲਾਂ ਚ ਟੁੱਟ ਜਾਂਦਾ ਹੈ ਨਾ ਛੋਟੇ ਜਿਹੇ ਇਹਨਾਂ ਗਲੈਂਡਰਾਂ ਚ ਆਈ ਹੁਣ ਤੋਂ ਜਿਹੜੇ ਤੇਰੇ ਪਰਲੇ ਹੱਥ ਪਈ ਉਹਦੇ ਨਾਲ ਵੱਢਦਾ ਉਹਨਾਂ ਟਾਈਮ ਬਹੁਤ ਲੱਗ ਜਾਣਾ ਤਾਂ ਹੁਣ ਕੰਮ ਨਿਬੜਿਆ ਉਧਰ ਸਰੀਰ ਉੱਪਰ ਚੱਕ ਪਹਿਲਾਂ ਸਰੀਰ ਚੱਕੇ ਜਾਣਗੇ ਕਿੰਨੇ ਇਹਦੀ ਬਾਸਕਟ ਪਾਉਣੀ ਆ ਹੁਣ ਹਾਂ ਬਾਸਕਟ ਪਾਉਣਾ ਤਾਂ ਇਤਰਾ ਸਰ ਮੈਂ ਤਾਂ ਕਹਿੰਦਾ ਮੈਂ ਬਾਅਦ ਚੱਕ ਦਿੰਦੇ ਕਿਵੇਂ ਇਹ ਤਾਂ ਬਹੁਤ ਫਾਜਣ ਥੱਲੇ ਇਹ ਕਿੱਥੇ ਉਹਦੇ ਵਿੱਚ ਕੁਛ ਚਾਚਾ ਇਹਨਾਂ ਚ ਪਾ ਪਾ ਕੇ ਪਾਣਾ ਇਹਨਾਂ ਨੂੰ ਚੱਕ ਦੇ ਉੱਪਰ ਉਹਦੇ ਨਾਲ ਫਸੇ ਨਹੀਂ ਰਾ ਮੈਂ ਚੱਕੇ ਵੇ ਤੇ ਉੱਪਰ ਚੱਕ ਕੇ ਦੇ ਦਿੱਤਾ ਸਰੀਰ ਨੂੰ ਇੱਕ ਅੱਧਾ ਚੱਕ ਕੇ ਲੇਵਲ ਦੱਸ ਦੇ ਉਹ ਹਿਸਾਬ ਨਾਲ ਉੱਥੇ ਕਰ ਦੂਗਾ ਫਿਰ ਯਾਰ ਲੇਵਲ ਨੂੰ ਕਿਤੇ ਇਹ ਪਾਣਾ ਤੇ ਚੱਕੀਆਂ ਪਹਿਲਾਂ ਤੈਨੂੰ ਹਿਸਾਬ ਆ ਪਾਣੀ ਗਾਹ ਅੰਦਰ ਪੇਟੀ ਦੇ ਅੰਦਰ ਵੜ ਜਾਊਗਾ
ਸਰੀਏ ਤਾਂ ਚੱਕਣੇ ਆ ਵੀ ਇੱਕ ਵਾਰ ਮੜ ਜਾ ਕੇ ਦੱਸ ਦੇ ਇੱਕ ਅੱਧਾ ਸਰੀਆ ਚੱਕ ਕੇ ਵੀ ਕਿੰਨਾ ਪਤਾ ਲੱਗ ਜੂ ਕਿੰਨਾ ਚੱਕੂ।